ਵਾ ਤੇ ਇਧਰ ਟੇਬਲ ਸ਼ੇਬਲ ਲੱਗੇ ਨੇ ਅੱਜ ਥੋੜਾ ਜਿਹਾ ਫੰਕਸ਼ਨ ਇੱਥੇ ਪਰਾਤਾਂ 'ਚ ਪਾ ਲਿਆ ਇਹਨਾਂ ਨੇ, ਤੇ ਹੁਣ ਸ਼ੁਰੂ ਕਰਨਾ ਕਿ ਇੱਧਰ ਦੇਗ ਦਾ ਮਸਾਲਾ ਭੁੱਜ ਗਿਆ ਵਾ ਇਹ ਜਗ੍ਹਾ ਦਾ, ਇਹ ਇੱਧਰ ਚਾਵਲ ਨੇ ਇਸ ਪਾਸੇ, ਤੇ ਇੱਧਰ ਮਸਾਲਾ ਭੁੱਜਿਆ ਹੋਇਆ ਦੇਗਾਂ ਦਾ, ਇਹ ਦੇਖ ਇਹ ਹੁਣ ਦੇਗ ਸੁੱਟਣ ਲੱਗੇ ਨੇ, ਮਾਲ 'ਚ ਪਾਉਣ ਲੱਗੇ ਤੇ ਦੇਗ ਦੇ, ਇਹ ਆਪਣਾ ਕੰਮ ਸ਼ੁਰੂ ਹੋ ਗਿਆ, ਅੱਲਾ ਖੈਰ ਕਰੇ ਇਹਨਾਂ ਦਾ ਰਾਜਾ ਸਾਹਿਬ, ਪਰ ਹੁਣ ਦੇਗਾਂ ਪੂਣੀ ਮਸਾਲਾ ਮਸੂਲਾ ਸਾਰਾ ਫਿੱਟ ਹੋ ਗਿਆ ਇਹਦਾ, ਓਕੇ ਹੋ ਗਈ। ਕੀ ਹਾਲ ਚਾਲ, ਉਮੀਦ ਆ ਭੈਣ ਭਰਾ ਠੀਕ ਹੋਣਗੇ। ਮੈਂ ਤੁਹਾਡਾ ਆਪਣਾ ਰਿਆਸਾ ਗਿੱਲ, ਤੁਸੀਂ ਮੇਰਾ ਚੈਨਲ ਵੇਖ ਰਹੇ ਵਿਹਲਾ ਜੱਟ ਮਨ, ਅਤੇ ਅੱਜ ਘਰ ਦਾ ਥੋੜ੍ਹਾ ਜਿਹਾ ਛੋਟਾ ਜਿਹਾ ਇੱਕ ਫੰਕਸ਼ਨ ਆ ਘਰ 'ਚ ਆ ਰਿਹਾ ਵਾ, ਕੋਈ ਦੇਗਾ ਛੇਗਾ ਦਾ ਸਮਾਨ ਬਣਾਉਣ ਲੱਗੇ ਹਾਂ, ਅੱਲਾ ਖੈਰ ਕਰੇ, ਅਤੇ ਚੱਲਾਂ ਹੁਣ ਕਰ ਲਿਆ ਵਾ ਕੀਤਾ ਹੋਇਆ ਵਾ, ਅਤੇ ਇੱਧਰ ਟੇਬਲ ਸ਼ੇਬਲ ਲੱਗੇ ਨੇ ਅੱਜ ਥੋੜ੍ਹਾ ਜਿਹਾ ਫੰਕਸ਼ਨ ਇੱਥੇ, ਅਤੇ ਆਪਣੇ ਬਲਾਲ ਸਾਹਿਬ ਜਿਨ੍ਹਾਂ ਨੇ ਟੇਬਲ ਟੂਬਲਾਂ ਦਾ ਕੰਮ, ਇਹਨਾਂ ਦਾ ਸਾਰਾ ਵੀ ਦੁਕਾਨ ਅਤੇ ਕੰਮ ਸ਼ੁਰੂ ਇਹਨਾਂ ਨੇ ਕੀਤਾ, ਹੁਣ ਲਿਆ ਕੇ ਨਾ ਫਿਟਿੰਗ ਕੀਤੀ ਆ, ਇਹ ਪਿੱਛੇ ਕਨਾਤ, ਹਾਂ ਪਿੱਛੇ ਕਨਾਤ ਲੱਗੀ ਆ, ਇੱਧਰ ਸਾਰੇ ਲੱਗੇ ਹੋਏ ਕਨਾਤਾਂ ਲਾਈਆਂ ਵਾ ਇਸ ਸਾਈਡ 'ਤੇ, ਇਸ ਪਾਸੇ ਕਨਾਤ ਲਾ ਤੀ ਆ, ਅਤੇ ਆਹ ਆਪਣੇ ਟੇਬਲ ਲੱਗੇ, ਮਹਿਮਾਨ ਆਉਣ ਵਾਲੇ ਨੇ, ਬਸ 10:30 ਵਜੇ ਮਹਿਮਾਨ ਆਉਣੇ ਨੇ, ਕਿਉਂਕਿ ਇੱਥੇ ਕੋਈ ਮੰਗਣੀ ਦਾ ਸਿਸਟਮ, ਆਪਣੇ ਘਰ 'ਚ ਫੰਕਸ਼ਨ ਆ ਮੰਗਣੀ ਦਾ, ਉਹ ਸਿਸਟਮ ਕਰ ਰਹੇ ਹਾਂ। ਕਹਿੰਦਾ ਕੰਮ ਸ਼ੁਰੂ ਕਰਦੇ, ਦਿਗ ਆ ਗਈਆਂ, ਅਤੇ ਸ਼ਫੀਕ ਭਾਈ ਲੱਗੇ ਹੋਏ ਨੇ ਇੱਧਰ ਖੱਡੇ ਮਾਰ ਰਹੇ ਨੇ, ਅਸੀਂ ਮੋੜ ਦਾ ਪ੍ਰੋਗਰਾਮ ਵਾੜਨ ਲੱਗੇ, ਅਰੇ ਬੰਦ ਨਾ ਸੁਬਾ ਸੁਬਾ, ਅਰੇ ਬੰਦ ਆ ਆ ਮੋੜ ਦਾ ਪ੍ਰੋਗਰਾਮ ਮੋਚੀ ਸਾਡਾ ਵਾੜਨ ਦਿਆ, ਅੱਜ ਮੋਢ ਅਸੀਂ ਪਾੜਨ ਲੱਗੇ, ਮੋਢ ਦੇ ਅੱਲਾ ਖੈਰ ਕਰੇ, ਅਸੀਂ ਹੋ ਹੀ ਗਏ ਹਾਂ ਕਾਮਯਾਬ, ਤਿੰਨਾਂ ਸਾਈਡਾਂ ਤੋਂ ਚੀਰੇ ਲਾ ਲਏ ਇਹਨੂੰ ਛਾਣੀਆਂ ਥੋੜ੍ਹਿਆਂ ਨਾਲ, ਅੱਜ ਇਹ ਫੰਕਸ਼ਨ ਹੈ, ਇੱਕ ਮੋਢ ਸਾਡਾ ਹੋਰ ਰਹਿ ਗਿਆ ਪਾੜਨ ਵਾਲਾ ਇਹ ਵਾਲਾ, ਅਤੇ ਉਸ ਤੋਂ ਬਾਅਦ ਅੱਲਾ ਖੈਰ ਕਰੇ ਇਹਨਾਂ ਨੇ ਆਪਣਾ ਦੇਗਾਂ ਦਾ ਨਿਜ਼ਾਮ ਸਿੱਧਾ ਕਰਨ ਲੱਗੇ ਨੇ, ਆ ਅੱਗ ਸ਼ੱਗ ਬਾਲਣ ਲੱਗੇ ਆ, ਕੋਈ ਦੇਗਾ ਦੁਗਾ ਧੋਣ ਵਾਲੀਆਂ ਧੋ ਕੇ ਫਿਰ ਪਕਾਉਣ ਲੱਗੇ ਨੇ, ਬਸ ਦੇਗ 'ਚ ਕੜਛਾ ਫੇਰਨਾ ਅੱਜ ਕੱਲ੍ਹ ਅੱਲਾ ਖੈਰ ਕਰੇ, ਅਤੇ ਇੱਧਰ ਸਮਾਨ ਸਮੂਨ ਸਾਰਾ ਪਿਆ ਵਾ ਸਾਡਾ, ਅਤੇ ਹੁਣ ਕੰਮ ਸ਼ੁਰੂ, ਘਰ ਦਾ ਕੰਮ ਕੰਬਲ ਕਰ ਰਿਹਾ ਵਾ, ਕੁਰਸੀਆਂ ਅਤੇ ਟੈਂਟ ਵਗੈਰਾ ਸਾਰੇ ਲੱਗ ਗਏ ਨੇ, ਅਤੇ ਹੁਣ ਦੇਗਾਂ ਵਾਲੇ ਆ, ਦੇਗਾਂ ਸ਼ੁਰੂ ਅੱਲਾ ਖੈਰ ਕਰੇ, ਬਾਕੀ ਇੱਧਰ ਪਈ ਇਹ ਵੀ ਬਣਾਉਣੇ ਨੇ, ਇਹ ਤਾਂ ਚਾੜੀਆਂ ਰਾਜੇ ਨੇ ਦੋਵੇਂ, ਇਹ ਦੇਗਾ ਸਾਨੂੰ ਘਿਓ ਘਿਓ ਰਾਜੇ ਨੇ ਦਿੱਤਾ, ਇਹ ਸੁੱਟ ਅਜੇ ਬਸ ਹੁਣ ਤੜਕਾ ਭੰਨ ਭੁੰਨ ਰਿਹਾ, ਇਹ ਗੰਢੇ ਗੁੰਡੇ ਪਿਆਜ਼ ਵਗੈਰਾ, ਪਿਆਜ਼ ਲਸਣ ਵਗੈਰਾ ਸਾਰਾ ਕੰਬਲ ਕਰਤਾ, ਇਹਦਾ ਸ਼ੁਰੂ ਹੋਇਆ, ਇਹਦੇ ਵਿੱਚ ਅਜੇ ਸਿਰਫ ਪਾਣੀ ਰੱਖਿਆ, ਅਜੇ ਚਾਵਲ ਧੋਣ ਵਾਸਤੇ ਪਤਾ ਨਹੀਂ, ਇੱਧਰ ਵਾਲਾ ਕੰਮ ਸ਼ੁਰੂ ਕੀਤਾ, ਹਲੇ ਪਾਕਿਸਤਾਨੀ ਚੁੱਲ੍ਹੇ ਆ ਅਜੇ ਜਿਹੜੇ ਰਾਜੇ ਬਣਾਏ ਆ, ਆਹ ਟੋਇਆ ਮੈਂ ਮਾਰਿਆ, ਬੇੜਾ ਕਰਾ ਕਰਤਾ ਇਸ ਟੋਏ ਦਾ, ਇੱਧਰ ਆ ਰਾਜੇ ਨੇ ਆਪਣੇ ਹੱਥੀ ਮਾਰਿਆ, ਜਿਹਨੂੰ 3 ਇੱਟਾਂ ਲੱਗੀਆਂ ਬਾਅਦ, ਮੇਰੇ ਵਾਲੇ ਨੂੰ ਕੋਈ 1700 ਇੱਟ ਲਾ ਦਿੱਤੀ ਜਿਹੜਾ ਮੈਂ ਟੋਇਆ ਮਾਰਿਆ ਵਾ, ਅਤੇ ਆਹ ਰਾਜੇ ਨੇ ਆਪਣੇ ਹੱਥੀ ਸਿਆਣੇ ਸੀ ਟੋਇਆ ਮਾਰਿਆ, 6-9 ਇੱਟਾਂ ਇਹਨੂੰ ਲਾਈਆਂ, ਅਤੇ ਇਹਨੂੰ ਕੋਈ ਪਤਾ ਨਹੀਂ ਬੇਗਿਣਤੀ ਇੱਟ ਲਾ ਦਿੱਤੀ ਹੈ, ਆ ਸਵੇਰੇ ਸਵੇਰੇ ਮੋਢ ਨੇ ਪ੍ਰੋਗਰਾਮ ਵਾੜਦਾ, ਮੋਢ ਨਹੀਂ ਸੀ ਵਾੜਦਾ ਸਾਡੇ ਕੋਲ, ਇਹ ਪਾੜ ਪੂੜ ਕੇ ਦਿੱਤਾ ਰਾਜੇ ਨੇ, ਪਾਣੀ ਇਸ ਵਾਸਤੇ ਗਰਮ ਕੀਤਾ ਚਾਵਲ ਧੋਣੇ ਆ, ਆਹ ਵੇਖ ਲਓ ਇਹ ਆ ਪਾਕਿਸਤਾਨੀ ਮਾਮ, ਇਹ ਕੰਮ ਪਾ ਤਾ ਹੀ ਉਹ ਗਰਮ ਪਾਣੀ ਨਾਲ ਚਾਵਲ ਧੋਣੇ, ਇੱਧਰ ਵੇਖ ਸਾਡੇ ਰਾਜੇ ਦੇ ਚੈੱਕ ਕਰ ਕੰਮ, ਅੱਜ ਸਵੇਰ ਦਾ ਮੈਂ ਗਿਆ ਨਹਾ ਕੇ ਆ ਗਿਆ, ਤੇ ਰਾਜੇ ਨੇ ਖੈਰ ਹੈ ਮਸਾਲਾ ਹੀ ਭੁੰਨਿਆ ਅੱਜ ਸਵੇਰ ਦਾ, ਇੱਧਰ ਤੁਹਾਡੇ 50-50 ਰੁਪਈਆਂ ਦੇ ਵਕੀਲ ਬਣਨ ਵਾਲੇ, ਆ 50-50 ਵਾਲੇ ਕੋਲ ਲੱਗ ਕੇ ਵਕੀਲ ਬਣੇ ਜੇ ਦੋਵੇਂ, ਆ ਵੇਖ ਲਓ ਹੈਂ, ਨਹੀਂ ਇਹ ਦੋਵੇਂ 50-50 ਰੁਪਏ ਦੇ ਵਕੀਲ ਬਣੇ, ਇੱਧਰ ਵੇਖੋ ਜੀ ਕਾਲੇ ਖਾਂ ਬਾਬਾ ਜੀ ਕਾਜ਼ੀਆਬਾਦ, ਤੇ ਇੱਧਰ ਆ 30ਆਂ ਦੇ ਵਕੀਲ ਹੀ ਆਪਣੇ, ਤੇ ਬਾਕੀ ਇੱਧਰ ਪੰਜਾਂ ਦਾ ਸ਼ੈਂਪੂ ਲਾ ਕੇ ਬਣਾ ਕੇ ਆ ਰਿਹਾ, ਜੱਟ ਸਾਦਾ ਹੀ ਬ੍ਰਾਂਡ ਆ, ਜੱਟ ਇੱਕ ਸਾਦਾ ਹੀ ਬ੍ਰਾਂਡ ਆ, ਕੰਮ ਸਾਰਾ ਸੈੱਟ ਕਰ ਲਿਆ ਵਾ, ਟੇਬਲ ਵਗੈਰਾ ਕੁਰਸੀਆਂ ਵਗੈਰਾ ਲੱਗ ਗਈਆਂ, ਤੇ ਰਾਜਾ ਸਾਹਿਬ ਵੀ ਅੱਲਾ ਖੈਰ ਕਰੇ ਫੁੱਲ ਮਿਹਨਤ ਕਰ ਰਹੇ ਨੇ, ਤੇ ਇੱਧਰ ਰਾਜਾ ਸਾਹਿਬ ਲੱਗੇ ਹੋਏ ਨੇ ਸਾਡੇ, ਇਹ ਸਾਹਮਣੇ ਦੇਗਾਂ ਨੂੰ ਮਾਰੋ ਮਾਰ ਜੁੱਟੇ ਪਏ ਨੇ, ਅੱਲਾ ਖੈਰ ਕਰੇ ਸ਼ੁਰੂ ਹੋਏ ਪਏ ਨੇ ਕੰਮ ਨੂੰ, ਤੇ ਨਾਲ ਹੀ ਆਪਣਾ ਇੱਧਰ ਵੀ ਆ ਡੰਗਰ ਡੁੰਗਰ ਨਾਲ ਹੀ ਵੱਜਿਆ ਵਾ, ਚੁੱਕ ਕੇ ਖੁੱਲ੍ਹੀਆਂ ਕਰਤੀਆਂ ਅਸੀਂ ਸਾਈਡ 'ਤੇ, ਰਾਜੇ ਨੂੰ ਇਸਦੀ ਜਗ੍ਹਾ ਦਿੱਤੀ ਇੱਧਰ ਇੱਕ ਸਾਈਡ 'ਤੇ, ਮਗਰ ਸਾਈਡ ਵਾ ਇੱਧਰ ਆਪਣੇ ਨਿੱਕੇ ਡੰਗਰ ਵੱਜੇ ਨੇ ਸਾਈਡ 'ਤੇ ਕਰਤੇ ਸਾਰੇ, ਇਹ ਹੁਣ ਆਪਣਾ ਬਜ਼ੁਰਗ ਸਾਹਿਬ ਬਹਿਣ ਲੱਗੇ ਆ, ਇਹ ਆਪਣੀ ਸਭ ਤੋਂ ਬਜ਼ੁਰਗ ਗਾਂ ਜਿਹੜੀ ਬਹਿਣ ਲੱਗੀ ਆ, ਰਾਜਾ ਸਾਹਿਬ ਸ਼ੁਰੂ ਨੇ ਇੱਧਰ ਮਾਰੋ ਮਾਰ ਗੋਸ਼ਤ ਨੂੰ ਦੱਬ ਦੱਬ ਕੇ ਪਾ ਰਹੇ, ਗੋਲ ਗੋਲ ਪੱਟ ਚੈੱਕ ਕਰ, ਇਹ ਆ ਜੀ ਸਮਾਨ ਸ਼ੁਰੂ ਹੋ ਗਿਆ ਦੇਗਾਂ ਦਾ, ਗੋਸ਼ਤ ਪਾ ਲਿਆ ਵਾ, ਆਹ ਗੋਸ਼ਤ ਆਇਆ ਪਿਆ ਦੋਵਾਂ ਦੇਗਾਂ ਦਾ ਸਾਡੀਆਂ ਦਾ, 3 ਦੇਗਾਂ ਪਕਾਉਣੀਆਂ ਗੋਸ਼ਤ ਦੀਆਂ, 1 ਚਾਵਲਾਂ ਦੀ, ਇਹ ਕੰਮ ਸ਼ੁਰੂ ਅੱਲਾ ਖੈਰ ਕਰੇ, ਇਹ ਗੋਸ਼ਤ ਪੈ ਪਰਾਤਾਂ 'ਚ ਪਾ ਲਿਆ ਇਹਨਾਂ ਨੇ, ਅਤੇ ਹੁਣ ਸ਼ੁਰੂ ਕਰਨ ਲੱਗੇ, ਇੱਧਰ ਦੇਗ ਦਾ ਮਸਾਲਾ ਭੁੱਜ ਗਿਆ ਵਾ, ਇਹ ਜਗ੍ਹਾ ਦਾ ਇਹ ਇੱਧਰ ਚਾਵਲ ਨੇ ਇਸ ਪਾਸੇ, ਅਤੇ ਇੱਧਰ ਮਸਾਲਾ ਭੁੱਜਿਆ ਹੋਇਆ ਦੇਗਾਂ ਦਾ, ਇਹ ਦੇਖ ਇਹ ਹੁਣ ਦੇਗ ਸੁੱਟਣ ਲੱਗੇ ਨੇ, ਮਾਲ 'ਚ ਪਾਉਣ ਲੱਗੇ ਤੇ ਦੇਗ ਦੇ, ਇਹ ਆਪਣਾ ਕੰਮ ਸ਼ੁਰੂ ਹੋ ਗਿਆ ਅੱਲਾ ਖੈਰ ਕਰੇ ਇਹਨਾਂ ਦਾ ਰਾਜਾ ਸਾਹਿਬ, ਪਰ ਹੁਣ ਦੇਗਾਂ ਆਈਆਂ, ਮਸਾਲਾ ਭੁੰਨਣ ਦੀ ਟਾਈਮ ਲੱਗਦਾ ਇਹਨਾਂ ਦਾ ਜਿਹੜਾ ਮਸਾਲਾ ਭੁੰਨਣਾ ਹੁੰਦਾ, ਮੁੜ ਕੇ ਅੱਲਾ ਖੈਰ ਕਰੇ ਫਿਰ ਜਲਦੀ ਕੰਮ
ਤੇ ਅਦਰਕ ਛਿਲ ਛਿਲ ਕੇ ਆ ਗੱਟੀਆਂ ਰੱਖੀਆਂ ਨੇ ਇੱਥੇ ਇਹ ਅਦਰਕ ਆ ਜਿਹੜਾ ਛਿਲ ਕੇ ਰੱਖਿਆ ਆ ਇਹ ਹੁਣ ਐਵੇਂ ਸਬੂਤ ਆ ਰਾਜਾ ਸਬੂਤ ਹੀ ਪਾਉਣਾ ਹੀ ਹੋ ਇਹਨੂੰ ਕੱਟ ਕੇ ਫਿਰ ਬਰੀਕ ਬਰੀਕ ਕਰਨਗੇ ਨਾ ਬਰੀਕ ਕਰਕੇ ਫਿਰ ਅਦਰਕ ਪਾਉਣਗੇ ਅਤੇ ਗੋਛੇ ਤੋਂ ਲਾ ਕਰਕੇ ਸਾਫ਼ ਸੂਫ ਕਰਕੇ ਤੇ ਕੰਮ ਸ਼ੁਰੂ ਕੀਤਾ ਇਹਨਾਂ ਨੇ ਅਤੇ ਰਾਜਾ ਸਾਡਾ ਵੀ ਇੱਕ ਬ੍ਰਾਂਡ ਆ ਕਿਉਂਕਿ ਸਾਡੇ ਖੁਸ਼ੀ ਗਮੀ ਆ ਹਰ 'ਚ ਇਹ ਰਾਜਾ ਸਾਡਾ ਸ਼ਾਮਿਲ ਹੁੰਦਾ ਦੇਗਾ ਦੂਗਾ ਸਾਡੀ ਇਹਨੇ ਪਕਾਉਣੀ ਹੁੰਦੀ ਔਰ ਕਿਸੇ ਬੰਦੇ ਦੇ ਨਹੀਂ ਕਿਉਂਕਿ ਅਸੀਂ ਇਹਨੂੰ ਸਾਡਾ ਇਹ ਭਰਾ ਵਾ ਸਾਡਾ ਇਹਨੇ ਹੀ ਆਉਣਾ ਹੁੰਦਾ 93 'ਚੋਂ ਇਹ ਦੇਗ ਦੂਸਰੀ 'ਚ ਵੀ ਪਹਿਲੀ 'ਚ ਮਾਲ ਪੈ ਗਿਆ ਇੱਧਰ ਅਤੇ ਇਸ ਜਗ੍ਹਾ ਆਇਆ ਦੂਸਰੀ 'ਚ ਵੀ ਪੈ ਗਿਆ ਹਜੇ ਪਿੱਛੇ ਹੋਰ ਪਿਆ ਵਾ ਇਹ ਦੇਗਾਂ ਦਾ ਸ਼ੁਰੂ ਕੰਮ ਕਰਨ ਲੱਗੇ ਅਤੇ ਇਹ ਕੰਮ ਆਪਣਾ ਸਾਰਾ ਸ਼ੁਰੂ ਆ ਅੱਗ ਅੱਗ ਸ਼ਾਪ ਸਵੇਰੇ ਅਸੀਂ ਆ ਮੁੱਢ ਪਾੜ ਪਾੜ ਕੇ ਦਲੀਲ ਹੋ ਗਏ ਦੋ ਬੰਦੇ ਮੈਂ ਅਤੇ ਆ ਕਾਲੇ ਖਾਂ ਅਸੀਂ ਬਹੁਤ ਦਲੀਲ ਹੋਏ ਹਾਂ ਅਤੇ ਹੁਣ ਅੱਲਾ ਖੈਰ ਕਰੇ ਨੇ ਹੁਣ ਅਤੇ ਉਹਨਾਂ ਦਾ ਇੰਤਜ਼ਾਮ ਕਰ ਰਹੇ ਹਾਂ ਇੰਤਜ਼ਾਮ ਕਰਕੇ ਹਟਿਆ ਸਾਰਾ ਮਹਿਮਾਨਾਂ ਦਾ ਅਤੇ ਆਪਣਾ ਹੁਣ ਇੱਧਰ ਆਇਆ ਨਹਾ ਕੇ ਮੈਂ ਕਿਹਾ ਚਲੋ ਅਸੀਂ ਵੀ ਕੋਈ ਸਾਫ਼ ਸੁਫ ਹੋ ਜਾਈਏ ਕੋਈ ਨਹਾ ਲਈਏ ਕੋਈ ਅਸੀਂ ਕੋਈ ਯਾਰ ਫੱਬ ਲਈਏ ਕਾਲਾ ਜੋੜਾ ਨਿਕਾ ਪਾ ਕੇ ਅੱਜ ਫਿਰ ਲਈਏ ਅਸੀਂ ਕੀ ਕਰੀਏ ਹੁਣ ਵਾ ਇਹਨਾਂ ਦੇ ਟੋਰਾਂ ਵੇਖ ਕੇ ਆਹ ਵੇਖੋ ਪਜਾਮਾ ਪਜਾਮਾ ਵਕੀਲ ਬਣੇ ਜਿਹੜੇ ਅਤੇ ਅਸੀਂ ਚਲੋ ਸਾਦੇ ਹੀ ਬੰਦੇ ਠੀਕ ਹੈ ਯਾਰ ਮਾੜੇ ਮੋਟੇ ਆਹ ਕੰਮ ਆਪਣੇ ਸਾਦਕੀ 'ਚ ਬੰਦਾ ਵੈਸੇ ਹੀ ਬ੍ਰਾਂਡ ਆ ਇੱਕ ਸਾਦਕੀ ਇੱਕ ਬ੍ਰਾਂਡ ਆ ਆਹ ਤਾਂ ਇੱਕ ਛੋਸ਼ੇਬਾਜ਼ੀ ਆ ਨਾ ਹੁਣ ਇਹਨਾਂ ਨੇ ਕਹਿਣਾ ਸਾਨੂੰ ਗਰਮੀਆਂ ਲੱਗਦੀਆਂ ਆਹ ਪੰਜ ਸਾਦਾ ਮਾਹੌਲ ਬਾਬਾ ਜੀ ਕਾਜ਼ੀਆਬਾਦ ਕੰਮ ਖਰਾਬ ਕੀਤਾ ਨਾ ਤੁਹਾਡਾ ਪਤਾ ਨਹੀਂ ਇੱਕ ਬੋਟੀਆਂ ਚੁੱਕਣੀਆਂ ਵਾ ਆਹ ਤਿੰਨ ਪੱਟ ਚੁੱਕ ਕੇ ਲੈ ਗਏ ਜਿਹੜੇ ਮੇਰੇ ਇੱਥੇ ਆਉਣੇ ਸੀਗੇ ਤਿੰਨ ਕਾਂ ਲੈ ਗਏ ਚੁੱਕ ਕੇ ਕੀ ਕਰੀਏ ਹੁਣ ਇਹਨਾਂ ਕਾਵਾਂ ਦਾ ਹੁਰ ਆ ਗੇਨ ਇਹ ਕਾਵਾਂ ਨੇ ਕੀਤਾ ਬੁਰਾ ਹਾਲਾਤ ਇੱਥੇ ਤਾਂ ਬਹਿਣ ਵੀ ਨਹੀਂ ਦੇ ਦਿੰਦੇ ਸਾਨੂੰ ਇੱਧਰ ਆ ਤੁਸੀਂ ਖਾਓ ਦੱਬੋ ਮਾਲ ਅੱਜ ਦਿਹਾੜੀ ਭੁੱਖ ਹੜਤਾਲ ਆ ਇਹਨਾਂ ਦੀ ਮੈਨੂੰ ਲੱਗਦਾ ਕਿਉਂਕਿ ਅੱਜ ਇੱਧਰ ਕੋਈ ਵੀ ਨਹੀਂ ਆ ਰਿਹਾ ਇਹ ਮੈਨੂੰ ਹੀ ਸੋਚਣਾ ਪੈਣਾ ਇਹਨਾਂ ਦੇ ਬਾਰੇ ਫਿਰ ਇਹਨਾਂ ਡੰਗਰਾਂ ਦੇ ਬਾਰੇ ਫਿਰ ਮੈਨੂੰ ਸੋਚਣਾ ਪੈਣਾ ਵਾ ਤੇ ਕੀ ਕਰਨਾ ਇਹਨਾਂ ਦਾ ਆਏ ਤਾਂ ਤੀਆਂ ਤੀਆਂ ਆਏ ਤਾਂ ਆਏ ਇਹੋ ਜਿਹੇ ਚੂਚੇ ਵੀ ਮੋਬਾਇਲ ਫੜੀ ਫਿਰਦੇ ਕੀ ਕਰੀਏ ਹੁਣ ਰਾਜਾ ਸਾਹਿਬ ਲੱਗੇ ਹੋਏ ਨੇ ਹੁਣ ਗੋਸ਼ਤ ਭੁੰਨਣ ਲੱਗੇ ਅੱਲਾ ਖੈਰ ਕਰੇ ਅਤੇ ਇੱਧਰ ਮਾਲ ਪੈ ਗਿਆ ਵਾ ਦੋਨਾਂ ਦੇਗਾਂ ਦਾ ਮਾਲ ਫੁੱਲ ਹੋ ਗਿਆ ਇੱਧਰ ਇੱਧਰ ਵੀ ਫੁੱਲ ਹੋ ਗਿਆ ਇਸ ਦੇਗ ਦਾ ਵੀ ਅਤੇ ਹੁਣ ਇੱਧਰ ਇਸ ਬੰਨੇ ਚਾਵਲ ਨੇ ਇਸ ਦੇਗ ਦੇ ਵਿੱਚ ਅਸੀਂ ਚਾਵਲ ਉਬਾਲੇ ਖਾ ਰਹੇ ਹਾਂ ਅਤੇ ਅੱਲਾ ਖੈਰ ਕਰੇ ਮੁੜ ਕੇ ਇਹ ਪਕਾ ਕੇ ਫਿਰ ਲੈਦਾ ਪਕਾਵਾਂਗੇ 60-70 ਬੰਦੇ ਨੇ ਮੰਗਣੀ ਆ ਅਤੇ ਆਪਣੇ 60-70 ਬੰਦੇ ਨੇ ਕੰਮ ਸ਼ੁਰੂ ਕੀਤਾ ਇੱਥੇ ਇਹ ਆ ਜੀ ਬਾਬਾ ਜੀ ਆਪਣੀ ਹਵੇਲੀ ਡੰਗਰਾਂ ਦਾ ਇਹਦਾ ਹੁਣ ਨਿਜ਼ਾਮ ਬਣਾਵਾਂਗੇ VIP ਅੱਲਾ ਖੈਰ ਕਰੇ ਹੁਣ ਮਕਾਨ ਸ਼ਕਾਨ ਸਿੱਧੇ ਕਰਾਂਗੇ ਆਪਣੇ ਨਾਲ ਘਰ ਬਾਰ ਅਤੇ ਨਾਲ ਇੱਧਰ ਹਵੇਲੀ ਬਣਾਵਾਂਗੇ ਅੱਗੇ ਬਰਾਂਦਾ ਇਸ ਸਾਈਡ 'ਤੇ ਸੀ ਹੁਣ ਇੱਧਰ ਸਾਹਮਣੇ ਬਰਾਂਦਾ ਬਣਾਵਾਂਗੇ ਅੱਲਾ ਖੈਰ ਕਰੇ ਅਤੇ ਇਹਨਾਂ ਡੰਗਰਾਂ ਨੂੰ ਫਿਰ ਖੁੱਲ੍ਹੇ ਛੱਡਾਂਗੇ ਕਿਉਂਕਿ 5-6 ਡੰਗਰ ਨੇ ਇਨਸ਼ਾਅੱਲਾ ਅੱਲਾ ਦੇ ਕੋਲੋਂ ਫਿਰ ਖੁੱਲ੍ਹੇ ਛੱਡਾਂਗੇ ਅਤੇ ਘਰ ਦਾ ਨਿਜ਼ਾਮ ਨਾਲ ਸੈੱਟ ਕਰਾਂਗੇ ਇਹ ਆਪਣੇ ਤੋੜ ਇਹ ਜੀ ਮਸਾਲੇ ਮਸੂਲੇ ਕੁੱਟ ਕੇ ਰੱਖੇ ਹੋਏ ਆ ਸਾਰੇ ਇੱਧਰ ਇਹ ਥੋਮ ਆ ਥੋਮ ਕੁੱਟਿਆ ਹੋਇਆ ਵਾ ਇਸ ਸਾਈਡ 'ਤੇ ਇੱਧਰ ਹਰ ਸ਼ੈ ਇੰਤਜ਼ਾਮ ਫਿੱਟ ਕੀਤਾ ਪਿਆਜ਼ ਪਿਊਜ਼ ਹਰ ਸ਼ੈ ਫਿੱਟ ਹੋ ਗਈ ਕਿਹੜੀ ਸ਼ੈ ਕੀ ਚਾਹੀਦਾ ਮਿਰਚਾਂ ਕੁੱਟ ਵੈਸ ਹੋਏ ਗੁੰਡੇ ਚੁੱਪ ਕੇ ਚੱਲ ਮੇਰਾ ਪੁੱਤ ਕਾਲੀਆਂ ਮਿਰਚਾਂ ਕੁੱਟ ਥੋੜ੍ਹੀਆਂ ਹਾਂ ਜੀ ਕੁੱਟਣ ਵਾਲਾ ਬਾਹਰ ਮਿਰਚ ਨਾ ਡਿੱਗੇ ਪੁੱਤ ਹੋਏ ਔਰ ਲੈ ਮੈਂ ਓਏ ਉਰੇ ਆਈ ਓਏ ਯਾਰ ਆਲੋ ਓਏ ਓਏ ਇੱਧਰ ਆ ਓਏ ਇੱਕ ਮਿੰਟ ਕੀ ਕਰ ਦਵਾਂ ਕਰੈਂਟ ਘਰ ਮਸ਼ੀਨ ਹੈ ਵਾ ਕਰਾ ਲਿਆ ਪੜ ਉੱਥੇ ਜਾ ਕੇ ਗੁਰੂ ਗੁਰੂ ਔਰ ਲਿਓ ਮੈਂ ਗ੍ਰੈਂਡ ਲਿਓ ਗਰਮ ਮਸਾਲਾ ਮੈਂ ਗ੍ਰੈਂਡ ਕਰਾ ਕੇ ਦੇਵਾਂ ਇਹ ਮੇਰੇ ਹਲਦੀ ਵਗੈਰਾ ਸ਼ੁਰੂ ਕਰਤੀ ਪਾਉਣੀ ਇਹ ਜੇ ਸਾਡੇ ਰਾਜੇ ਦੇ ਤਜਰਬੇ ਦੋ ਦੋ ਚੁੰਡੀਆਂ ਪਾਈ ਜਾਂਦਾ ਜੀ ਅਤੇ ਕੰਮ ਚਾੜੀ ਜਾਂਦਾ ਜੀ ਬਸ ਰਾਜਾ ਹੋਰ ਵੀ ਓਏ ਉਰੇ ਆ ਦੇ ਯਾਰ ਗ੍ਰੈਂਡ ਕਰਵਾਵਾਂ ਗਰਮ ਮਸਾਲਾ ਹੈ ਰਾਜਾ ਆ ਭੱਜ ਕੇ ਜਾ ਲਓ ਗ੍ਰੈਂਡ ਕਰਾ ਕੇ ਲਿਆ ਚੱਲ ਅੱਛਾ ਮੈਂ ਆ ਕਾਲੀਆਂ ਮਿਰਚਾਂ ਅਤੇ ਗਰਮ ਮਸਾਲਾ ਗ੍ਰੈਂਡ ਕਰਾਉਣ ਲੱਗਾ ਵਾਂ ਇਹ ਹੁਣ ਗ੍ਰੈਂਡ ਕਰਾ ਲਈਏ ਅਤੇ ਫਿਰ ਅੱਲਾ ਖੈਰ ਕਰਿਆ ਨੇ ਰਾਜਾ ਸਾਹਿਬ ਮਿਰਚਾਂ ਮੁਰਚਾਂ ਦੱਬੀ ਪਏ ਨੇ ਮਾਰੋ ਮਾਰ ਦੱਬੀ ਪਏ ਨੇ ਇਹ ਮੈਂ ਗ੍ਰੈਂਡ ਕਰਕੇ ਲਿਆ ਜਿਹੜੀਆਂ ਘਰੋਂ ਅਤੇ ਇੱਧਰ ਗਰਮ ਮਸਾਲਾ ਵੀ ਗ੍ਰੈਂਡ ਕਰਕੇ ਲਿਆ ਰਾਜੇ ਨੇ ਤਬਾਹੀ ਪਾ ਦਿੱਤੀ ਆ ਅੱਲਾ ਖੈਰ ਕਰੇ ਅਤੇ ਇੱਧਰ ਦਹੀਂ ਸ਼ਰੀਫ ਇਹ ਦਹੀਂ ਆ ਦਹੀਂ ਨੇ ਛਾਪਰ ਪਾੜਤਾ ਇਹਨਾਂ ਨੇ ਅੱਲਾ ਖੈਰ ਕਰੇ ਅੱਧਾ ਪਾਤਾ ਅਤੇ ਅੱਧਾ ਬਚ ਗਿਆ ਇਹ ਕਹਿੰਦੇ ਕਾਣ ਜੀ ਜੀਨਾ ਹਰਾਮ ਕਾਵਾਂ ਕੀਤਾ ਸਾਡਾ ਕੀ ਕਰੀਏ ਇੱਥੇ ਕਾਵਾਂ ਖੀਰ ਕੀਤੀ ਹੈ ਖਾਲਦ ਗਿੱਲ ਸਾਹਿਬ ਆ ਰਹੇ ਨੇ ਇਸ ਖੈਰ ਇਹ ਆ ਗਏ ਨੇ ਸਾਨੂੰ ਸਵੇਰ ਦੇ ਕਾਂ ਨਹੀਂ ਮੰਨਣ ਦੇ ਅਤੇ ਇੱਧਰੋਂ ਬੰਦੇ ਨਹੀਂ ਮੰਨਦੇ ਪਏ ਚਾਚੂ ਵੇਖ ਲਾ
ਚੱਲਾ ਖਰ ਕੇ ਕੰਮ ਸ਼ੁਰੂ ਹੋ ਗਿਆ ਚਾਵਲਾਂ ਦਾ ਨੇੜੇ ਕਰਕੇ ਚਾਵਲਾਂ ਦਾ ਇਹ ਪਾਣੀ ਪੂਣੀ ਮਸਾਲਾ ਮਸੂਲਾ ਸਾਰਾ ਫਿੱਟ ਹੋ ਗਿਆ ਇਹਦਾ ਰੋਕੀ ਹੋ ਗਈ ਸਾਰੀ ਦੇ ਦਮ ਲਾਈ ਹੁਣ ਲੱਗਾ ਇਹਨੂੰ ਦਮ ਲਾਉਣ ਇਹ ਤੇ ਮੈਨੂੰ ਦੇ ਰਹਿ ਬਸ ਤੇ ਇੱਧਰ ਗੋਸ਼ਤ ਆ ਰਾਜਾ ਕੋਲਾ ਇਹ ਰਾਜਾ ਲੱਗੇ ਕੋਲਾ ਲਾਉਣ ਇਹ ਕੋਲਾ ਲਾ ਰਿਹਾ ਬੱਚਾ ਚਾਵਲਾਂ ਨੂੰ ਦਮ ਦੇਣ ਲੱਗੇ ਹੁਣ ਖੈਰਾ ਲੱਗ ਗਏ ਥੱਲੇ ਕੋਲਾ ਹੁਣ ਲੱਗਣ ਲੱਗਾ ਇਹਨੂੰ ਦਮ ਦਮਾ ਦਮ ਦਮ ਤੇ ਜਾਂ ਯੱਕ ਦਮ ਹੁਣ ਲੱਗਾ ਕੁਛ ਤੇ ਕੁਛ ਨੂੰ ਹਲ ਪਾਤਾ ਹੀ ਰਾਜੇ ਨੇ ਕੰਮ ਚੋਲਾਂ ਨੂੰ ਖੈਰ ਚਾਵਲਾਂ ਨੂੰ ਪਾਤਾ ਕੰਮ ਆਹ ਲੱਗ ਗਏ ਯੱਕ ਦਮ ਆਹ ਦਮ ਲੱਗ ਗਿਆ ਇਹਨੂੰ ਕਹਿੰਦੇ ਜੇ ਦਮ ਤੇ ਜਾਂ ਯੱਕ ਦਮ ਜੋ ਵੀ ਕਹਿੰਦੇ ਕਹਿ ਰਹੇ ਇਹਨੂੰ ਫਿਲਹਾਲ ਕੋਲੇ ਲਾ ਤੇ ਦਮ ਲੱਗ ਗਿਆ ਜੀ ਕੋਲਿਆਂ ਦਾ ਛਾ ਗਿਆ ਵੀ ਛਾ ਗਿਆ ਰਾਜਾ ਸਾਡਾ ਬ੍ਰਾਂਡ ਏ ਜੀ ਉਹ ਰਾਜਾ ਜੀ ਆਹ ਵੜ ਗਏ ਦਮ ਦਾ ਪ੍ਰੋਗਰਾਮ ਅਬ ਤੋਂ ਪ੍ਰੋਗਰਾਮ ਵੜ ਗਿਆ ਜਾਂ ਵੜ ਗਿਆ ਤੇ ਜਾਂ ਚੜ ਗਿਆ ਦੋਵਾਂ ਚ ਇੱਕ ਕੰਮ ਹੋ ਗਿਆ ਇਹਦੇ ਸਾਜਦ ਖਾਨ ਵੀ ਆ ਗਏ ਨੇ ਪ੍ਰੋਗਰਾਮ ਵਾੜਨ ਵਾਲੇ ਸਾਜੂ ਆ ਰਾਜੇ ਭੱਜਣ ਨਾ ਬਸ ਆ ਦੇਖ ਉਸਤਾਦ ਭੁੱਟੋ ਨਵਾਜ਼ ਸ਼ਰੀਫ ਦੀਆਂ ਗੱਲਾਂ ਕਰ ਰਿਹਾ ਨਵਾਜ਼ ਸ਼ਰੀਫ ਨਵਾਜ਼ ਸ਼ਰੀਫ ਵਾਸਤੇ ਗੱਲਾਂ ਕਰ ਰਿਹਾ ਪੰਜਾਬ ਨੂੰ ਲਈਏ ਨੂੰ ਕਹਿਤਾ ਜੀ ਨਵਾਜ਼ ਸ਼ਰੀਫ ਨੇ ਸਫਤਾ ਮੋਟਰ ਪਾਣੀ ਲਾਇਆ ਮੋਟਰ ਸਾਰੇ ਲੱਗੇ ਨਾ ਖਬਰਾਂ ਵੀ ਕਹਿੰਦਾ ਸਾਨੂੰ ਕਹਿੰਦਾ ਮੁਬਾਰਕ ਸਾਹਿਬ ਹੈ ਫੌਜੀ ਦੁਕਾਨ ਤੇ ਮਾਮੂ ਹੁਣੀ ਆ ਗਏ ਨੇ ਮਾਮੂ ਮੇਰਾ ਆ ਗਏ ਆ ਟਾਈਮ ਨਾਲ ਦੂਜੇ ਪਰਾਹੁਣੇ ਆ ਰਹੇ ਅੱਲਾ ਖੈਰ ਕਰੇ ਦੂਜੇ ਆ ਰਹੇ ਅੱਲਾ ਖੈਰ ਕਰੇ ਬੜੀਆਂ ਗੱਪਾਂ ਸੁਣਾ ਰਿਹਾ ਅੱਜ ਦੋਵੇਂ ਵਿਹਲੇ ਘਰ ਆ ਗੱਪਾਂ ਸੁਣਾਉਣ ਦੇ ਮੈਨੂੰ ਦੋਵੇਂ ਇੱਥੇ ਨਾ ਤੰਗ ਕੀਤਾ ਹੋਇਆ ਵਾ A few moments later. ਹੁਣ ਹੋ ਗਿਆ ਖਤਮ ਅੱਲਾ ਖੈਰ ਕਰੇ ਤੇ ਹੁਣ ਆਪਣੇ ਕੋਈ ਡੰਗਰਾਂ ਡੁੰਗਰਾਂ ਦਾ ਕਰ ਲਈਏ ਆਪਣਾ ਘਰ ਦਾ ਸਮਾਨ ਸਮੂਨ ਸਾਰਾ ਚੁਕਾ ਕੇ ਟਾਈਮ ਟਰਾਲੀ 'ਤੇ ਗਿਆ ਇਸੇ ਸਮਾਨ ਚੁਕਾਇਆ ਵਾ ਹੁਣ ਆਪਣੇ ਡੰਗਰਾਂ ਲਾਇਆ ਵਾ ਕਿਉਂਕਿ ਵੀ ਸੁਬਾਹ ਉੱਧਰ ਜਾਵਾਂਗੇ ਨਾ ਅੱਜ ਉਹ ਇੱਧਰ ਮੰਗਣੀ ਕਰਨ ਆਏ ਸੀ ਅਤੇ ਸਵੇਰੇ ਅਸੀਂ ਜਾਣਾ ਦਾ ਖੈਰ ਕਰੇ ਮੰਗਣੀ ਮੰਗਣੀ ਦਾ ਫੰਕਸ਼ਨ ਸੀ ਸਾਡੇ ਅਤੇ ਉਹ ਸਾਡਾ ਗਿਆ ਉਹ ਇਹ ਹੁਣ ਗਾਈ ਵਧੀਆ ਗਾਈਆਂ ਦੀ ਖੁੱਲੀਆਂ ਕਰਨਾ ਇੱਦਾਂ ਟੋਏ ਸ਼ੋਏ ਪੂਰਦਾ ਵਾ ਟੋਏ ਪੂਰ ਕੇ ਫਿਰ ਅੱਲਾ ਖੈਰ ਗਾਈਆਂ ਦਾ ਸਿਸਟਮ ਸਿੱਧਾ ਕਰਨਾ ਹੋ ਗਿਆ ਖਤਮ ਅੱਲਾ ਖੈਰ ਸਵੇਰੇ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਇਨਸ਼ਾ ਅੱਲਾ ਇੱਧਰ ਬੱਚੇ ਬੈਠੇ ਖੇਡਣ ਦੇ